ਇਕਬਾਲ ਕਹਿੰਦਾ ਗੁਲਾਮੀ ਕੁੱਤੇ ਨਾਲੋਂ ਬੈੜੀ, ਜੇ ਖੂਏ ਗੁਲਾਮੀ ਜੇ ਸਗਾਂ ਖਾਰ ਤਰਸ, ਮਨ ਨਦੀਦਮ ਕੇ ਸਗੇ ਪੇਸ਼ੇ ਸਗੇ ਸਰਖਮ ਕਰ। ਇਕਬਾਲ ਕਹਤਾ ਹੈ ਕਿ ਖੂਏ ਗੁਲਾਮੀ ਇਹ ਕੁੱਤੇ ਸੇ ਵੀ ਬੁਰੀ ਹੈ, ਮੈਨੇ ਨਹੀਂ ਦੇਖਾ ਕੋਈ ਤਾਕਤਵਰ ਕੁੱਤੇ ਕੇ ਸਾਹਮਣੇ ਕਮਜ਼ੋਰ ਕੁੱਤਾ ਸਰ ਨੀਚੇ ਕੀ ਬੈਠਾ ਹੋ। ਐਸਾ ਇਕਬਾਲ ਕਹਤਾ ਹੈ ਮੈਨੇ ਨਹੀਂ ਦੇਖਾ, ਗੁਲਾਮੀ ਕੁੱਤੇ ਨਾਲੋਂ ਵੀ ਬੈੜੀ। ਇਕਬਾਲ ਕਹਿੰਦਾ ਸੁਣਾ ਹੈ ਤਾਜ਼ੀਬ ਹਾਜ਼ਰ ਕੇ ਗ੍ਰਿਫਤਾਰ, ਗੁਲਾਮੀ ਸੇ ਬਦਤਰ ਹੈ ਬੇਯਕੀਨੀ। ਕਹਿੰਦਾ ਗੁਲਾਮੀ ਕੁੱਤੇ ਨਾਲੋਂ ਵੀ ਬੈੜੀ ਅਤੇ ਬੇਯਕੀਨੀ ਗੁਲਾਮੀ ਨਾਲੋਂ ਵੀ ਬੈੜੀ। ਨਾਰਾ ਬੰਦਾ ਲਗਾਇਆ ਜੀ ਦੀਨ ਆਏਗਾ ਤਖ਼ਤ ਪਰ, ਅਤੇ ਵਾਪਸ ਜਾ ਕੇ ਤਬਸਰਾ ਕਰੇ ਕਿੰਜ ਆਏਗਾ, ਤੂੰ ਠੇਕੇਦਾਰ ਹੈ ਕਿੰਜ ਆਏਗਾ, ਤੂੰ ਤੇਰੀ ਇਤਨਾ ਹੀ ਕੰਮ ਹੈ, ਤੂੰ ਮਿਹਨਤ ਕਰ। ਤੂੰ ਜਿਹੜੇ ਸਹਾਬਾ ਬਦਰ 14 ਨੇ ਜਾਨ ਦਿੱਤੀ, ਉਹਨਾਂ ਨੂੰ ਇਹ ਤਾਂ ਨਹੀਂ ਸੀ ਨਾ ਪਤਾ ਬਾਅਦ ਵਿੱਚ ਕੈਸਰ ਕਿਸਰਾ ਵੀ ਫਤਿਹ ਹੋ ਜਾਣੇ, ਲੇਕਿਨ ਉਹਨਾਂ ਕਿਹਾ ਅਸੀਂ ਤਾਂ ਹਾਜ਼ਰ ਹਾਂ ਇਸਲਾਮ ਵਾਸਤੇ। ਔਰ 14 ਸਹਾਬਾ ਦੀ ਸ਼ਹਾਦਤ ਹੀ ਬੁਨਿਆਦ ਬਣ ਗਈ, 2 ਸੁਪਰ ਪਾਵਰ ਡਾਵਣੇ ਦੀ ਬੁਨਿਆਦ ਬਣ ਗਈ। ਤੁਸੀਂ ਅੱਜ ਮਿਹਨਤ ਕਰੋ, ਸਾਡੇ ਵੇਲੇ ਨਹੀਂ ਆਇਆ ਗਿਆ ਸਾਡੀਆਂ ਨਸਲਾਂ ਅੱਗੇ ਲਿਆ, ਉਹ ਨਹੀਂ ਆ ਗਿਆ ਤਾਂ ਉਹਨਾਂ ਦੀਆਂ ਨਸਲਾਂ ਲਿਆਉਣਗੀਆਂ। ਲੇਕਿਨ ਇੱਕ ਜਾ ਕੇ ਅਰਜ਼ ਕਰਾਂਗੇ ਨਾ, ਯਾ ਰਸੂਲਲਾ ਜਿਤਨੀ ਪਾਵਰ ਸੀ ਅਸੀਂ ਲਾ ਕੇ ਆ ਗਏ। ਤਬਸਰੇ ਨਹੀਂ ਸੁਣਨੇ ਕਿਸੇ ਦੇ। ਹਾਂਜੀ, ਇਹ ਗੱਲ ਮੇਰੀ ਯਾਦ ਰੱਖਣਾ, ਬੜੇ ਬੜੇ ਸ਼ਯਾਤੀਨ, ਬੜੇ ਬੜੇ ਲੋਕ ਆਉਣਗੇ, ਬੜੀ ਬੜੀਆਂ ਗੱਲਾਂ ਲੋਕ ਕਰਨਗੇ, ਤੁਹਾਡੇ ਕੰਨ ਭਰਨਗੇ, ਇੰਜ ਕਿੰਝ ਹੋਣਾ, ਉਹਨੇ ਕਿਹਾ ਇੰਜ ਕਿੰਝ ਹੋਣਾ, ਜੋ ਮਰਜ਼ੀ ਗੱਲ ਕਵਰ, ਇੱਕ ਗੱਲ ਤੁਸੀਂ ਜ਼ਰੂਰ ਕਰਨੀ। ਉਹਨਾਂ ਕਿਹਾ ਯਾਰ ਮੌਲੀ ਸਾਹਿਬ ਜਿਉਂ ਜਿਉਂ ਵੀ ਗੱਲਾਂ ਕਰਦੇ ਨੇ, ਅੱਜ ਤੱਕ ਅਸੀਂ ਉਹਨਾਂ ਦੇ ਮੂੰਹ 'ਚੋਂ ਨਾ ਉਹਨਾਂ ਦੇ ਪਿਓ ਦਾ ਤਬਦਾ ਸੁਣਿਆ, ਨਾ ਉਹਨਾਂ ਦੇ ਦਾਦਿਆਂ ਦਾ, ਜਦੋਂ ਉਹਨੇ ਗੱਲ ਕੀਤੀ ਉਹਨੇ ਇੱਕੋ ਹੀ ਕੀਤੀ, ਕੋਈ ਯਾਰ ਦੀ ਗੱਲ ਸੁਣਾ ਮੁੱਲਾ ਲੰਮੇ ਪੈਂਡੇ ਪਾ ਮੁੱਲਾ, ਨਾ ਇਲਮਾਂ ਵਿੱਚ ਫਸਾ ਮੁੱਲਾ। ਇਤਨਾ ਤਾਂ ਗੱਲ ਤੁਸੀਂ ਯਾਰ ਕਮ ਅਜ਼ ਕਮ ਸਾਡੀ ਹਮਾਇਤ ਕੀਤੇ ਕਰੋ। ਮੌਲਾਨਾ ਸਾਹਿਬ ਕਦੀ ਰੋਟੀ ਟੁੱਕਰ ਦੀ ਗੱਲ ਨਹੀਂ ਕੀਤੀ, ਮੌਲਾਨਾ ਸਾਹਿਬ ਅੱਜ ਇਤਨਾ ਅਰਸਾ ਹੋ ਗਿਆ ਕਦੀ ਵੀ ਚੰਦੇ ਦੀ ਗੱਲ ਨਹੀਂ ਕੀਤੀ, ਇਹ ਸਾਰੀ ਦੁਨੀਆ ਨੂੰ ਗੱਲ ਪਰੇਸ਼ਾਨ ਕਰ ਗਈ। ਹਰ ਬੰਦੇ ਦੀ ਕੀਮਤ ਤਾਂ ਹੈ ਨਾ, ਇਹ ਤਾਂ ਰੱਬ ਜੀ ਨੂੰ ਬਚਾ ਲਵੇ। ਕਿਉਂ ਜੀ, ਹਜ਼ਰਤ ਅਬਦੁੱਲਾ ਬਿਨ ਉਜ਼ਾਫਾ ਅਸਾਮੀ ਨੂੰ ਰੂਮੀ ਬਾਦਸ਼ਾਹ ਨੇ ਕਿਹਾ ਕਿ ਤੂੰ ਈਸਾਈ ਹੋ ਜਾ ਤੇ ਮੈਂ ਅੱਧੀ ਤੈਨੂੰ ਮਮਲਕਤ ਦੇ ਦਿਆਂਗਾ। ਆਪਨੇ ਫਰਮਾਇਆ ਲਾ ਆਤਾ ਤਨੀ ਜਮੀਆ ਮੁਲਕੇ ਕਾ ਵ ਜਮੀਆ ਮੁਲਕੇ ਕਾ ਵ ਜਮੀਆ ਮੁਲਕੇ ਅਰਬੇ ਕਾ ਮਹਾਰਾਜਾ ਤੂੰ ਦੀਨ ਮੁਹੰਮਦ ਤਰਫਤ ਆਏ ਨੇ। ਫਰਮਾਇਆ ਤੂੰ ਕਿਹਦੇ ਸਾਹਮਣੇ ਗੱਲ ਕੀਤੀ, ਮੈਂ ਮੁਹੰਮਦ ਅਰਬੀ ਦਾ ਗੁਲਾਮ ਆ, ਤੂੰ ਸਾਰੀ ਬਾਦਸ਼ਾਹੀ ਦੇ ਦੇ, ਫਿਰ ਸਾਰੀ ਦੇ ਦੇ, ਸਾਰਾ ਅਰਬ ਦੇ ਦੇ, ਮੈਂ ਅੱਖ ਝਪਕਣੇ ਦੀ ਦੇਰ ਵੀ ਆਪਣੇ ਨਬੀ ਨਾਲ ਬੇਵਫਾਈ ਨਹੀਂ ਕਰ। مزید ویڈیوز اور اپڈیٹس کے لیے یوٹیوب پر علامہ خادم حسین رضوی آفیشیل چینل سبسکرائب کریں اور بیل آئیکن پر بھی کلک کریں۔